ਸਤਿ ਸ੍ਰੀ ਅਕਾਲ। ਦੇਸ਼ ਵਿਦੇਸ਼ ਦੇ ਸੂਬੇ ਦੇ ਸਰੋਕਾਰਾਂ ਨਾਲ ਜੁੜੀਆਂ ਤਮਾਮ ਖਬਰਾਂ ਲੈ ਕੇ ਮੈਂ ਰੁਮਨ ਬਾਜਵਾ ਹਾਜ਼ਰ ਹਾਂ। ਬੁਲੇਟਿਨ ਦਾ ਆਗਾਜ਼ ਕਰਾਂਗੇ ਹੁਣ ਤੱਕ ਦੀਆਂ ਖਾਸ ਖਬਰਾਂ ਦੇ ਨਾਲ। ਸਿੰਗਾਪੁਰ ਦੇ ਸੰਸਥਾਪਕ ਤੇ ਸਾਬਕਾ ਪ੍ਰਧਾਨ ਮੰਤਰੀ ਲੀ ਕੁਆਨ ਯੂ ਦੇ ਅੰਤਿਮ ਸੰਸਕਾਰ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏ ਸ਼ਾਮਿਲ। ਕਿਹਾ ਲੀ ਕੁਆਨ ਉਨ੍ਹਾਂ ਲਈ ਇੱਕ ਪ੍ਰੇਰਣਾ ਦੇ ਸਰੋਤ ਸਨ। ਅੰਮ੍ਰਿਤਸਰ ਸਰਹੱਦ ਤੇ BSF ਨੇ ਨਸ਼ਾ ਤਸਕਰੀ ਤੇ ਨਕੇਲ ਕਸਦੇ ਹੋਏ ਇੱਕ ਵਾਰ ਫਿਰ ਹਾਸਲ ਕੀਤੀ ਕਾਮਯਾਬੀ। 12 ਕਿਲੋ ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਢੇਰ। ਕਿਸਾਨਾਂ ਦੀਆਂ ਭਾਰੀ ਬਾਰਿਸ਼ ਕਾਰਨ ਹੋਈਆਂ ਖਰਾਬ ਫਸਲਾਂ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨਾਲ ਜਤਾਈ ਹਮਦਰਦੀ। ਕਿਹਾ ਕਿਸਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਵਚਨਬੱਧ। ਅਤੇ ਵਿਸ਼ਵ ਕ੍ਰਿਕਟ ਕੱਪ 2015 ਤੇ ਆਸਟ੍ਰੇਲੀਆ ਨੇ ਕੀਤਾ ਆਪਣਾ ਕਬਜ਼ਾ। ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਜਿੱਤ ਨੂੰ ਕੀਤਾ ਆਪਣੇ ਨਾਮ। ਤੇ ਬੁਲਟਿਨ ਦਾ ਆਗਾਜ਼ ਕਰਦੇ ਹਾਂ। ਸਿੰਗਾਪੁਰ ਦੇ ਸੰਸਥਾਪਕ ਲੀ ਕੁਆਨ ਯੂ ਦੀ ਬੀਤੀ 23 ਮਾਰਚ ਨੂੰ ਮੌਤ ਹੋ ਗਈ ਸੀ, ਜਿਸ ਕਰਕੇ ਦੁਨੀਆ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ, ਜਿਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨ ਸਿੰਗਾਪੁਰ ਦੇ ਸਾਬਕਾ ਪ੍ਰਧਾਨ ਮੰਤਰੀ ਲੀ ਕੁਆਨ ਯੂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ। ਉਧਰ ਭਾਰਤ ਨੇ ਲੀ ਕੁਆਨ ਦੇ ਸਤਕਾਰ ਵਿੱਚ ਇੱਕ ਦਿਨ ਦਾ ਰਾਸ਼ਟਰੀ ਸੋਗ ਵੀ ਘੋਸ਼ਿਤ ਕੀਤਾ। ਲੀ ਕੁਆਨ ਦੇ ਅੰਤਿਮ ਸੰਸਕਾਰ ਵਿੱਚ ਦੁਨੀਆ ਭਰ ਦੇ ਕਈ ਦਿੱਗਜ ਨੇਤਾ ਸ਼ਾਮਿਲ ਹੋਏ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਮਲੇਸ਼ੀਆ ਦੇ ਸਾਹ ਅਬਦੁਲ ਹਾਲਿਮ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਵੀ ਅੰਤਿਮ ਸੰਸਕਾਰ ਮੌਕੇ ਸ਼ਾਮਲ ਹੋਏ। 91 ਸਾਲਾ ਲੀ ਕੁਆਨ ਯੂ ਲੰਬੇ ਸਮੇਂ ਤੋਂ ਨਿਮੋਨੀਆ ਤੋਂ ਪੀੜਿਤ ਸੀ ਅਤੇ ਬੀਤੀ 23 ਮਾਰਚ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਹਿਜ ਐਕਸਲੈਂਸੀ ਲੀ ਕੁਆਨ ਯੂ ਮਾਰਕਸ ਦ ਐਂਡ ਆਫ ਐਨ ਏਰਾ। ਹੀ ਵਾਸ ਅਮੰਗ ਦ ਟਾਲੈਸਟ ਲੀਡਰਸ ਆਫ ਅਵਰ ਟਾਈਮਸ। ਸਿੰਗਾਪੁਰਸ ਟ੍ਰਾਂਸਫਾਰਮੇਸ਼ਨ ਇਨ ਵਨ ਜਨਰੇਸ਼ਨ ਇਜ਼ ਅ ਟ੍ਰਿਬਿਊਟ ਟੂ ਹਿਜ਼ ਲੀਡਰਸ਼ਿਪ। ਅੰਮ੍ਰਿਤਸਰ ਸਰਹੱਦ ਤੇ ਪਾਕਿਸਤਾਨੀ ਤਸਕਰਾਂ ਦੀ ਲਗਾਤਾਰ ਦੂਸਰੀ ਕੋਸ਼ਿਸ਼ ਨੂੰ BSF ਨੇ ਨਾਕਾਮ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। BOP ਰਤਨਖੁਰਦ ਇਲਾਕੇ ਵਿੱਚ ਤਸਕਰਾਂ ਵੱਲੋਂ ਫਾਇਰਿੰਗ ਕਰਦਿਆਂ ਨਸ਼ਾ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਮੁਸਤੈਦ ਜਵਾਨਾਂ ਨੇ ਨਾ ਸਿਰਫ 12 ਕਿਲੋ ਹੈਰੋਇਨ ਬਰਾਮਦ ਕੀਤੀ ਬਲਕਿ 2 ਤਸਕਰਾਂ ਨੂੰ ਮੌਕੇ ਤੇ ਮਾਰ ਮੁਕਾਇਆ। ਇਸ ਤੋਂ ਇਲਾਵਾ ਤਸਕਰਾਂ ਪਾਸੋਂ ਇੱਕ AK-47 ਰਾਈਫਲ, 31 ਜ਼ਿੰਦਾ ਭਰੂੰਤ ਬਰਾਮਦ ਕੀਤੇ ਗਏ ਨੇ। ਯਾਦ ਰਹੇ ਕਿ ਬੀਤੇ ਦਿਨੀ BSF ਨੇ 1 ਅਰਬ 20 ਕਰੋੜ ਦੀ ਹੈਰੋਇਨ ਸਰਹੱਦ ਪਾਰ ਦੇ ਤਸਕਰਾਂ ਵੱਲੋਂ ਬਰਾਮਦ ਕੀਤੀ ਸੀ ਅਤੇ ਇਸ ਦੌਰਾਨ ਇੱਕ ਤਸਕਰ ਵੀ ਮਾਰ ਗਿਆ ਸੀ। BSF ਵੱਲੋਂ ਲਗਾਤਾਰ ਸਰਹੱਦ ਤੇ ਨਸ਼ਾ ਤਸਕਰਾਂ ਦੀ ਕੋਸ਼ਿਸ਼ ਨਾਕਾਮ ਕਰਨਾ ਵਾਕਈ ਹੀ ਕਾਬਲੇ ਤਾਰੀਫ ਹੈ। ਇਸ ਸਮੇਂ ਹਮਾਰੀ BSF ਕੇ ਜਵਾਨੋਂ ਨੇ ਇਸਕਾ ਪੂਰਾ ਫੌਰੀ ਤੌਰ ਪੇ ਜਵਾਬ ਦਿਆ। ਹਮਾਰੀ ਫਾਇਰਿੰਗ ਮੇਂ 2 ਪਾਕਿਸਤਾਨੀ ਤਸਕਰ ਮਾਰੇ ਗਏ। ਮੌਕੇ ਸੇ 1 AK-47 ਬਰਾਮਦ ਹੋਈ ਹੈ ਔਰ 12 ਕਿਲੋ ਹੈਰੋਇਨ ਬਰਾਮਦ ਹੋਈ ਹੈ। ਬਠਿੰਡਾ ਦੇ ਸਾਂਸਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਵਿੱਚ ਮਹੰਤ ਗੁਰਬੰਦਾ ਦਾਸ ਡੀਫ ਐਂਡ ਡੰਬ ਸਕੂਲ ਵਿੱਚ ਕਰੀਬ 700 ਲੋਕਾਂ ਨੂੰ ਟ੍ਰਾਈਸਾਈਕਲ, ਨਕਲੀ ਅੰਗ ਅਤੇ ਕੰਨਾਂ ਦੀਆਂ ਮਸ਼ੀਨਾਂ ਵੰਡੀਆਂ ਗਈਆਂ। ਇਸ ਦੇ ਨਾਲ ਹਰਸਿਮਰਤ ਕੌਰ ਬਾਦਲ ਵੱਲੋਂ ਅਪਾਹਿਜ ਲੋਕਾਂ ਦੀਆਂ ਪਰੇਸ਼ਾਨੀਆਂ ਸੁਣੀਆਂ ਗਈਆਂ ਅਤੇ DC ਨੂੰ ਪੈਨਸ਼ਨ ਦੇਣ ਦੇ ਆਦੇਸ਼ ਵੀ ਜਾਰੀ ਕੀਤੇ ਗਏ। ਜ਼ਿਲ੍ਹੇ ਦੇ DC ਨੂੰ ਸਕੂਲ ਵਿੱਚ ਅਧਿਆਪਕ ਪ੍ਰੋਵਾਈਡ ਕਰਨ ਦੇ ਵੀ ਆਦੇਸ਼ ਦਿੱਤੇ ਗਏ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਸਕੀਮ ਦੇ ਤਹਿਤ ਉਨ੍ਹਾਂ ਨੇ ਆਪਣੇ ਹਲਕੇ ਵਿੱਚ ਕੈਂਪ ਲਗਵਾਇਆ ਸੀ, ਜਿਸ ਵਿੱਚ 700 ਤੋਂ ਵੱਧ ਲੋਕਾਂ ਨੂੰ ਸਹਾਇਤਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ। ਕੇਂਦਰ ਸਰਕਾਰ ਦੀ ਇਹ ਦੇਣ ਹੈ, ਮੈਨੂੰ ਖੁਸ਼ੀ ਹੈ ਕਿ ਇਹ ਕੈਂਪ ਇੱਥੇ ਲਗਾਇਆ ਗਿਆ ਹੈਗਾ ਤੇ ਇਸ ਕੰਮ ਨੂੰ ਹੋਰ ਅੱਗੇ ਵਧਾਉਣ ਵਾਸਤੇ ਹੋਰ ਅੱਡ ਅੱਡ ਮਹਿਕਮਿਆਂ ਵਿੱਚ ਜਿਹੋ ਜਿਹੀ ਚੀਜ਼ਾਂ ਹਨ
ਉਹਦੇ ਵੀ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਕੋਈ ਜੇ ਕੋਈ ਟ੍ਰੇਨਿੰਗ ਲੈ ਕੇ ਕੋਈ ਆਪਣੇ ਕੰਮਾਂ ਵਿੱਚ ਆਪਣੇ ਪੈਰਾਂ 'ਚ ਖੜਾ ਹੋਣਾ ਚਾਹੁੰਦਾ ਹੈ, ਅੰਗਹੀਣ ਲੋਕਾਂ ਵਾਸਤੇ ਵੀ ਸਕਿੱਲ ਡਿਵੈਲਪਮੈਂਟ ਮਿਨਿਸਟਰੀ ਦੇ ਰਾਹੀਂ ਵੀ ਕੁਝ ਇਹੋ ਜਿਹਾ ਕੀਤਾ ਜਾਏ ਤਾਂ ਕਿ ਇਹ ਜਿਹੜੇ ਕੰਮ ਕਰ ਸਕਦੇ ਇਹਨਾਂ ਨੂੰ ਕੰਮਾਂ ਵੱਲ ਵੀ ਲਾਇਆ। ਉਧਰ ਪੰਜਾਬ ਵਿੱਚ ਪਿਛਲੇ ਦਿਨੀ ਹੋਈ ਭਾਰੀ ਬਾਰਿਸ਼ ਕਰਕੇ ਕਿਸਾਨਾਂ ਦੀ ਤਬਾਹ ਹੋਈਆਂ ਫਸਲਾਂ ਤੇ ਬੋਲਦੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਵੱਲੋਂ ਪੀੜਿਤ ਕਿਸਾਨਾਂ ਦੀ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਸਾਰੇ ਮਾਮਲੇ ਦੀ ਰਿਪੋਰਟ ਬਣਾ ਕੇ ਭੇਜੀ ਜਾ ਚੁੱਕੀ ਹੈ ਤੇ ਉਹਨਾਂ ਵੱਲੋਂ ਆਪਣੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੀਆਂ ਜਾ ਰਹੀਆਂ ਨੇ। ਜਿੱਥੇ ਓਲੇ ਪਏ ਨੇ ਤੇ ਨੁਕਸਾਨ ਵੱਧ ਹੋਇਆ ਹੈ, ਜਿਹੜੀ ਸਰਕਾਰਾਂ ਨੇ ਕੇਂਦਰ ਨੂੰ ਲਿਖ ਕੇ ਭੇਜਿਆ ਤੇ ਕੇਂਦਰ ਦੀ ਸਰਕਾਰ ਨੇ ਟੀਮਸ ਭੇਜੀਆਂ, ਉਹਦੀ ਅਸੈਸਮੈਂਟ ਹੋ ਰਹੀ ਹੈ। ਅਸੈਸਮੈਂਟ ਹੋਣ ਤੇ ਬਾਅਦ ਕੇਂਦਰ ਦੀ ਸਰਕਾਰ ਆਪਣੇ ਵੱਲੋਂ ਕੀ ਮਦਦ ਕਰਨੀ ਉਹ ਫੈਸਲਾ ਕਰੂਗੀ। ਉਹਦੇ ਨਾਲ ਨਾਲ ਜਿਹੜੀ ਸੂਬੇ ਦੀ ਸਰਕਾਰ ਆ ਉਸ ਮਦਦ ਦੇ ਨਾਲ ਕੀ ਜੋੜਨਾ ਚਾਹੁੰਦੇ, ਜਿਵੇਂ ਹਮੇਸ਼ਾ ਪੰਜਾਬ ਸਰਕਾਰ ਵੀ ਜੋੜਦੀ ਹੈ, ਉਹ ਨਾਲ ਜੋੜਿਆ ਜਾਊਗਾ ਤੇ ਜਿਹੜੀ ਵੱਧ ਤੋਂ ਵੱਧ ਮਦਦ ਹੋ ਸਕੇ। ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਥੜਾ ਸਾਹਿਬ ਤੇ ਸੋਨੇ ਦੀ ਕਾਰ ਸੇਵਾ ਸੰਪੂਰਨ ਹੋ ਗਈ ਹੈ। ਇਸ ਸਬੰਧ ਵਿੱਚ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਥੜਾ ਸਾਹਿਬ ਤੇ ਅੱਜ ਇੱਕ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ। ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਗੁਰਮਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਅਤੇ ਸਮਾਗਮ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੇ ਅੱਜ 11 ਵਜੇ ਤੋਂ ਸਮਾਪਤੀ ਤੱਕ ਵਿਖਾਇਆ ਜਾਏਗਾ। ਤੁਹਾਨੂੰ ਦੱਸ ਦਈਏ ਕਿ ਸੋਨੇ ਦੀ ਕਾਰ ਸੇਵਾ ਦੀ ਸ਼ੁਰੂਆਤ ਪਿਛਲੇ ਸਾਲ ਸ਼ੁਰੂ ਹੋਈ ਸੀ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਉਸ ਸਮੇਂ ਵੀ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਅੰਮ੍ਰਿਤਸਰ ਵਿਖੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਦੋਸਤਾਂ ਦੀ ਮੌਤ ਹੋ ਗਈ। ਦਰਅਸਲ ਇਹ ਤਿੰਨੋਂ ਦੋਸਤ ਚੰਡੀਗੜ੍ਹ ਤੋਂ ਵਾਪਸ ਪਰ ਰਹੇ ਸਨ ਕਿ ਵੇਰਕਾ ਬਾਈਪਾਸ ਕੋਲ ਇਹਨਾਂ ਦੀ ਕਾਰ ਦੀ ਟਰਾਲੀ ਨਾਲ ਟੱਕਰ ਹੋ ਗਈ, ਜਿਸ ਵਿੱਚ ਤਿੰਨਾਂ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸਾ ਵਾਪਰਨ ਤੋਂ ਬਾਅਦ ਟਰਾਲਾ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਟਰਾਲਾ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕੋਈ ਅਣਪਛਾਤਾ ਟਰੱਕ ਸੀਗਾ, ਉਹਨੇ ਫੇਂਟ ਮਾਰੀ ਉਹਨਾਂ ਨੂੰ ਅਤੇ ਉਹਦੀ ਲਪੇਟ 'ਚ ਆ ਕੇ ਮੌਕੇ 'ਤੇ ਸਾਰਿਆਂ ਦੀ ਡੈਥ ਹੋ ਗਈ। ਇਹ ਮਜੀਠੇ ਹਲਕੇ ਤੋਂ ਬਿਲੋਂਗ ਕਰਦੇ ਆ, ਅਮਰਜੀਤ ਸਿੰਘ ਸਾਬਕਾ ਸਰਪੰਚ, ਨਾਲੇ ਡਾਇਰੈਕਟਰ ਸੀਗੇ ਮਾਰਕੀਟ ਕਮੇਟੀ ਮਜੀਠਾ ਦੇ। ਸਮਰਾਲਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਪਿੰਡ ਮਹਿਣਾ ਦੇ ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਆਪਣੇ 6 ਪਰਿਵਾਰਕ ਮੈਂਬਰਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸੀ ਅਤੇ ਜਦੋਂ ਉਨ੍ਹਾਂ ਦੀ ਇਨੋਵਾ ਗੱਡੀ ਜੋ ਉਨ੍ਹਾਂ ਕਿਰਾਏ ਤੇ ਲਈ ਸੀ ਦੀ ਸਮਰਾਲਾ ਨਜ਼ਦੀਕ ਸਰਹੰਦ ਨਹਿਰ ਦੇ ਕੋਲ ਪੁੱਜੇ ਤਾਂ ਤੇਜ਼ ਰਫ਼ਤਾਰ ਇਨੋਵਾ ਗੱਡੀ ਦੀ ਟਰੱਕ ਟਰਾਲੇ ਨਾਲ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਵਿੱਚ ਸਵਾਰ ਚਾਲਕ ਸਮੇਤ ਸਾਰੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ। ਇਹ ਇੱਕ ਪਰਿਵਾਰ ਹੀ ਹੈ ਜੀ, ਗਿੰਦਰ ਪਰਿਵਾਰ ਦੇ, ਇੱਕ ਗਿੰਦਰ ਪਰਿਵਾਰ ਆਪ ਸੀਗਾ, ਦੋ ਉਹਦੇ ਬੱਚੇ ਸੀ। ਗੱਡੀ ਬੜੀ ਤੇਜ਼ ਸੀ, ਡਰਾਈਵਰ ਦੀ ਗਲਤੀ ਸੀ, ਡਰਾਈਵਰ ਦੀ ਗਲਤੀ ਨਹੀਂ, ਐਕਸੀਡੈਂਟ ਹੋਇਆ। ਨੀਂਦਰਾ ਸੀਗਾ, ਨੀਂਦਰਾ ਸੀ, ਮੋਗਿਓਂ ਦਿੱਲੀ ਦਾ ਗੇੜਾ ਲਾ ਕੇ ਆਇਆ, 3 ਵਜੇ ਆਇਆ ਘਰੇ ਤੇ 5 ਵਜੇ ਗੱਡੀ ਕੋਲ ਆ ਗਿਆ, ਇਹਨਾਂ ਨੂੰ ਲੈ ਕੇ 6 ਵਜੇ ਇੱਥੋਂ ਤੁਰ ਗਿਆ। 6 ਵਜ ਕੇ ਇੱਥੋਂ 6 ਵਜੇ ਤੁਰਿਆ, 7:20 ਤੇ ਐਕਸੀਡੈਂਟ। ਫਿਲੌਰ ਵਿੱਚ ਨੈਸ਼ਨਲ ਹਾਈਵੇ ਤੇ ਇੰਡੋ ਫਾਰਮ ਟਰੈਕਟਰ ਦੀ ਹਾਂਡਾ ਆਟੋਜ਼ ਏਜੰਸੀ ਦੇ ਮਾਲਕ ਸੁਖਦੇਵ ਸਿੰਘ ਹਾਂਡਾ ਵੱਲੋਂ ਆਪਣੀ ਪਤਨੀ ਅਤੇ ਬੇਟੇ ਦੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਦਕਿ ਸੁਖਦੇਵ ਸਿੰਘ ਦਾ ਵੱਡਾ ਬੇਟਾ ਤਰਨਵੀਰ ਸਿੰਘ ਵੀ ਇਸ ਕਾਤਲਾਨੇ ਹਮਲੇ ਦਾ ਸ਼ਿਕਾਰ ਹੋਇਆ, ਜਿਸ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਫਿਲਹਾਲ ਤਰਨਵੀਰ ਸਿੰਘ ਹਸਪਤਾਲ ਵਿੱਚ ਜੇਰ ਇਲਾਜ ਹੈ। ਜਾਣਕਾਰੀ ਮੁਤਾਬਿਕ ਸੁਖਦੇਵ ਸਿੰਘ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ। ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੈਲਬੋਰਨ ਵਿੱਚ ਖੇਡੇ ਗਏ ਵਿਸ਼ਵ ਕ੍ਰਿਕਟ ਕੱਪ 2015 ਦੇ ਫਾਈਨਲ ਵਿੱਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਉਂਦੇ ਹੋਏ 5ਵੀਂ ਵਾਰ ਵਰਲਡ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਸਾਲ 2007 ਵਿੱਚ ਵਰਲਡ ਕੱਪ ਜਿੱਤਿਆ ਸੀ। ਜਿਸ ਲਈ ਮੇਰੇ 184 ਦੌੜਾਂ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਨੇ 7 ਵਿਕਟਾਂ ਨਾਲ ਨਿਊਜ਼ੀਲੈਂਡ ਨੂੰ ਹਰਾਇਆ। ਉਧਰ ਜੇਮਸ ਫਾਕਨਰ ਨੂੰ ਮੈਨ ਆਫ਼ ਦੀ ਮੈਚ ਬਣਾਇਆ ਗਿਆ। ਅਗਲਾ ਵਰਲਡ ਕੱਪ ਸਾਲ 2019 ਵਿੱਚ ਇੰਗਲੈਂਡ ਵਿੱਚ ਖੇਡਿਆ ਜਾਵੇਗਾ। ਹਮੇਸ਼ਾ ਹਾਰ ਜੀਤ ਹੋਤੀ ਹੈ, ਪਿਛਲੀ ਬਾਰ ਜਬ ਵਿਨਿੰਗ ਯੂਨਿਟ ਮਾਈਕਲ ਕਲਾਰਕ ਕੱਪ ਕੀ ਕਪਤਾਨੀ ਮੇ ਇਨ੍ਹੋਂਨੇ ਆਜ ਵਿਸ਼ਵ ਕੱਪ ਉਠਾਇਆ। 2007 ਮੇ ਸਿਰਫ ਏਕ ਖਿਲਾੜੀ ਥੇ ਮਾਈਕਲ ਕਲਾਰਕ ਔਰ ਇਸ ਬਾਰ ਬਤੌਰ ਕਪਤਾਨ ਉਨ੍ਹੋਂਨੇ ਵਿਸ਼ਵ ਕੱਪ ਕੀ ਟ੍ਰੋਫੀ ਆਪਣੇ ਹਾਥੋਂ ਮਿਲੀ ਔਰ ਇਸੀ ਕੇ ਸਾਥ ਆਸਟ੍ਰੇਲੀਆ ਕੋ ਘੋਸ਼ਿਤ ਕੀਆ ਗਿਆ ਏਕ ਦਿਵਸ ਤੱਕ ਗਿਆ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਸਾਲਾਨਾ ਗੁਰਮੁਖ ਸਮਾਗਮ ਉਲੀਕਿਆ ਗਿਆ, ਜਿਸ ਵਿੱਚ ਤਖਤਾਂ ਦੇ ਸਿੰਘ ਸਾਹਿਬਾਨ, ਸੰਤ ਮਹਾਂਪੁਰਸ਼ ਅਤੇ ਰਾਗੀ ਢਾਡੇ ਸਿੰਘ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਵੱਲੋਂ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਗਏ ਮਾਰਗ ਤੇ ਚੱਲਣ ਲਈ ਪ੍ਰੇਰਿਆ ਗਿਆ। ਇਸ ਮੌਕੇ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਅਤੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ ਨੂੰ ਵਿਸ਼ੇਸ਼ ਤੌਰ ਤੇ ਸਿਰੋਪਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਖਾਲਸਾ ਪੰਥ ਦੇ ਪਹਿਲੇ ਸੰਤ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਉਹਨਾਂ ਦੀ ਯਾਦ ਜਦੋਂ ਮਨਾ ਰਹੇ ਹਾਂ ਗੁਰੂ ਕੀ ਸਾਧ ਸੰਗਤ ਤੇ, ਸਾਨੂੰ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਦੇ ਦਰਸ਼ਨ ਹੋ ਰਹੇ ਹਨ, ਕਿਉਂਕਿ ਸਾਡੀਆਂ ਅੱਖਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੋਏ ਹਨ ਤੇ ਯਾਦ ਆ ਰਹੀ ਹੈ ਸ੍ਰੀਮਾਨ ਸੰਤ ਅਤਰ ਸਿੰਘ ਜੀ ਦੀ। ਅੱਜ ਖਾਲਸਾ ਪੰਥ ਦੀ ਕਰੀਮ, ਖਾਲਸਾ ਪੰਥ ਦੇ ਨਿਰਾਲੇ ਸਿੰਘਾਂ ਦੇ ਇਸ ਇਕੱਠ ਵਿੱਚ ਮੈਂ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਦੀ ਉਸ ਸ਼ਾਨਦਾਰ ਵਿਰਾਸਤ ਨੂੰ ਬਿਆਨ ਕਰਾਂਗਾ ਜਿਸ ਨੂੰ ਸ੍ਰੀਮਾਨ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਦੇ ਸਿੱਖੀ ਦੇ ਲਾਏ ਹੋਏ ਬੂਟੇ ਨੂੰ ਬਚਾਉਣ ਲਈ, ਪ੍ਰਫੁੱਲਤ ਕਰਨ ਲਈ ਗੁਰੂ ਨਾਨਕ ਪਾਤਸ਼ਾਹ ਨੇ ਆਪ ਆਪਣੀ ਥਾਪੀ ਅਤੇ ਅਸੀਸ ਦੇ ਕੇ ਭੇਜਿਆ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਦਾ ਜਨਮ 1866 ਦਾ ਹੈ। ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਸਤਿਗੁਰੂ ਮਹਾਰਾਜ ਦੀ
ਬਖਸ਼ਿਸ਼ ਹੋਈ, ਨੌਕਰੀ ਛੱਡ ਕੇ ਸੰਤ ਬਣ ਗਏ। ਅੱਜ ਫਿਰ ਸੰਸਾਰ ਵਿੱਚ ਉਹ ਟ੍ਰਾਂਸਫਾਰਮੇਸ਼ਨ, ਖਾਲਸਾ ਪੰਥ ਵਿੱਚ ਜਾਗਰਤੀ ਔਰ ਦੁਨੀਆ ਦੇ ਲੋਕਾਂ ਵਿੱਚ ਗੁਰੂ ਨਾਨਕ ਦਾ ਮੈਸੇਜ ਇਸ ਮਿੱਠੀ ਬਾਣੀ ਨਾਲ ਜਾ ਰਿਹਾ ਹੈ। ਇਹ ਇੱਕ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਸਾਡੇ ਕੋਲ ਖੁਸ਼ੀਆਂ ਦਾ ਸਮਾਂ ਹੈ ਕਿ ਅਸੀਂ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ, ਸ੍ਰੀਮਾਨ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਜਦੋਂ ਵਿਰਾਸਤ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਕਾਲ ਕਮਾਈ ਨੂੰ ਯਾਦ ਕਰ ਰਹੇ ਹਾਂ ਅਤੇ ਉਸ ਕਾਲ ਕਮਾਈ ਦੇ ਰਿਜ਼ਲਟ ਨਤੀਜੇ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ, ਤਾਂ ਉਹ ਸਤਿਗੁਰੂ ਅੱਗੇ ਅਰਦਾਸ ਕਰੀਏ ਕਿ ਭਾਈ ਸਾਹਿਬ ਖੰਨੇ ਵਾਲਿਆਂ ਦੇ ਸੁਪਨੇ, ਸ੍ਰੀਮਾਨ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਕਾਲ ਕਮਾਈ ਕੇਵਲ ਖਾਲਸਾ ਪੰਥ ਨੂੰ ਨਹੀਂ ਸਗੋਂ ਦੁਨੀਆਂ ਦੇ ਲੋਕਾਂ ਨੂੰ ਸੁੱਖ ਦੇਵੇ, ਦੁਨੀਆਂ ਦੇ ਲੋਕਾਂ ਦੀਆਂ ਬਿਮਾਰੀਆਂ ਖਤਮ ਹੋ ਜਾਣ, ਨਸ਼ੇ ਛੁੱਟ ਜਾਣ, ਸਾਡੇ ਘਰਾਂ ਵਿੱਚੋਂ ਕਲੇਸ਼ ਖਤਮ ਹੋ ਜਾਣ, ਸਾਡੇ ਘਰਾਂ ਵਿੱਚੋਂ ਵਾਹਿਗੁਰੂ ਦੇ ਨਾਮ ਦੀ ਆਵਾਜ਼ ਆਏ, ਇਹ ਤੁਰਕੀ ਬਾਣੀ ਦੀ ਆਵਾਜ਼ ਆਏ, ਸਾਡੇ ਬੱਚੇ ਪਤਤ ਹੋਏ, ਬੱਚੇ ਲੱਖਾਂ ਦੀ ਗਿਣਤੀ ਵਿੱਚ ਪਤਤ ਹੋਏ ਬੱਚੇ ਸਾਡੀ ਉਸ ਅਰਦਾਸ ਨੂੰ ਫਲੀਭੂਤ ਕਰ ਦੇਣ ਕਿ ਖੁਆਰ ਹੋਏ ਸਭ ਮਿਲੇਂਗੇ, ਬੱਚੇ ਸ਼ਰਨ ਜ ਹੋਏ। ਜਿਹੜੇ ਪਤਤ ਹੋ ਗਏ, ਖੁਆਰ ਹੋ ਗਏ, ਸਾਡੇ ਪੰਥ ਦੀ ਇਹ ਕਮਾਲ ਦੀ ਪ੍ਰਪਾਟੀ ਹੈ ਟੁੱਟੀ ਗੰਢਣ ਦੀ। ਆਓ ਅਰਦਾਸ ਕਰੀਏ ਕਿ ਸਾਰਿਆਂ ਦੀ ਟੁੱਟੀ ਗੰਢੀ ਜਾਏ, ਫਿਰ ਗੁਰੂ ਨਾਨਕ ਦੀ ਆਵਾਜ਼ ਜਿਸ ਪਤਤ ਦੇ ਕੰਨਾਂ ਵਿੱਚ ਵੀ ਪਵੇ ਉਹ ਪੁਨੀਤ ਹੋ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਮੰਗਦਾ ਹਾਂ, ਸਤਿਗੁਰੂ ਬਖਸ਼ਿਸ਼ ਕਰਨ। ਅਲੱਗ ਸ਼ਬਦ ਯੱਗ ਦੇ ਚੇਅਰਮੈਨ ਸਰਦਾਰ ਸਰੂਪ ਸਿੰਘ ਅਲੱਗ ਵੱਲੋਂ ਲੁਧਿਆਣਾ ਵਿਖੇ ਆਪਣੇ ਗ੍ਰਹਿ ਵਿੱਚ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਸਦਕਾ ਉਹਨਾਂ ਨੂੰ ਸਿਰੋਪਾ ਸਾਹਿਬ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਚੜ੍ਹਦੀ ਕਲਾ ਦੇ ਮੈਨੇਜਰ ਪਰਮਜੀਤ ਸਿੰਘ ਅਤੇ ਡਾਕਟਰ ਰਮਿੰਦਰਵੀਰ ਸਿੰਘ ਅਲੱਗ ਵੀ ਮੌਜੂਦ ਸਨ। ਫਿਲਹਾਲ ਇਸ ਬੁਲਟ ਚ ਨਹੀਂ ਤੇ ਹੁਣ ਤੁਸੀਂ ਦੇਖੋਗੇ ਖਬਰਾਂ ਫਟਾਫਟ।